ਮੈਡਮ ਵੀ ਕਹਿੰਦੇ ਸੈਟਿੰਗ ਆਪਣੇ ਕਦਮ ਚ ਰੱਖਾ ਮਾਰੀ ਉਹ ਕੋਈ ਬਾਤ ਨਹੀਂ ਰਹੇਗਾ ਪੁਲਿਸ ਆਪਣਾ ਕਾਰਵਾਈ ਕਰੇਗੀ ਮੈਂ ਕੁਛ ਨਹੀਂ ਕੀਤਾ ਲੋਗੀ ਮੈਂ ਕੁਛ ਨਹੀਂ ਕੀਤਾ ਕੰਮ ਸੈਟਿੰਗ ਕੀਤਾ ਪਰ ਲੱਗੇ ਮੈਨੂੰ ਕੁਛ ਨਹੀਂ ਕੀਤਾ 1 ਮਿੰਟ ਇਹਦੀ ਕਾਰਵਾਈ ਕਰ ਦੋ ਵੀਡੀਓ ਬਣੀ ਪੁਲਿਸ ਵਾਲਾ ਵੀਡੀਓ ਬਣਾ ਬਸ ਠੀਕ ਹੈ ਹਮਾਰਾ ਬੰਦਾ ਯਾਰ ਹਮਾਰੀ ਬੰਦਾ ਹੈ ਜੀ ਇਹਨੂੰ ਖੋਲੋ ਜੀ ਇਹਨੂੰ ਮੈਡੀਕਲ ਕਰਾਓ ਇਹਦਾ ਖੋਲੋ ਨਹੀਂ ਲੈ ਕੇ ਕਿਰਾਏਦਾਰ ਮਹਿਲਾ ਦੇ ਜਾਲ ਦੇ ਵਿੱਚ ਮਕਾਨ ਮਾਲਕ ਇਸ ਕਦਰ ਫਸ ਗਿਆ ਕਿ ਉਸ ਨੂੰ ਲੱਖਾਂ ਰੁਪਏ ਦਾ ਭੁਗਤਾਨ ਕਰਨਾ ਪਿਆ ਇੱਥੋਂ ਤੱਕ ਕਿਰਾਏਦਾਰ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਬਲੈਕਮੇਲ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਸ ਮਕਾਨ ਮਾਲਕ ਨੂੰ ਕਿਰਾਏਦਾਰ ਦੇ ਚੁੰਗਲ ਦੇ ਵਿੱਚੋਂ ਛਡਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੇ ਕਿ ਮੋਹਾਲੀ ਦੇ ਢਕੌਲੀ ਦਾ ਇਹ ਪੂਰਾ ਮਾਮਲਾ ਹੈ 2021 ਦੇ ਵਿੱਚ ਮਹਿਲਾ ਨੂੰ ਇਹ ਫਲੈਟ ਕਿਰਾਏ ਤੇ ਦਿੱਤਾ ਸੀ ਮਹਿਲਾ ਨੇ ਆਪਣੇ ਸਹਿਯੋਗੀ ਸੂਰਜ ਸ਼ਰਮਾ ਦੇ ਨਾਲ ਮਿਲ ਕੇ ਮਕਾਨ ਦੇ ਮਾਲਕ ਮਨੋਜ ਗੁਪਤਾ ਨੂੰ ਬਲੈਕਮੇਲ ਧਮਕੀ ਅਤੇ ਉਸ ਨੂੰ ਅਗਵਾ ਕਰ ਲਿਆ ਇਹ ਮਾਮਲਾ ਗੰਭੀਰ ਹੁੰਦਾ ਦੇਖ ਮਨੋਜ ਦੇ ਅਗਵਾ ਹੋਣ ਦਾ ਜਦ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਕਾਨ ਮਾਲਕ ਨੂੰ ਕਿਰਾਏਦਾਰ ਮਹਿਲਾ ਦੇ ਕਬਜ਼ੇ ਦੇ ਵਿੱਚੋਂ ਛੁਡਵਾ ਲਿਆ ਦੱਸਦੇ ਕਿ ਜਦੋਂ ਫਲੈਟ ਕਿਰਾਏ 'ਤੇ ਦਿੱਤਾ ਸੀ ਉਦੋਂ ਤੋਂ ਹੀ ਮੁਸ਼ਕਲਾਂ ਖੜੀਆਂ ਹੋਣ ਲੱਗ ਪਈਆਂ ਸ਼ੁਰੂਆਤ ਵਿੱਚ ਮਹਿਲਾ ਨੇ ਆਪਣੇ ਪਤੀ ਦੀ ਮੌਤ ਹੋਣ ਦਾ ਝੂਠਾ ਦਾਅਵਾ ਕੀਤਾ ਕਿਰਾਇਆ ਦੇਣਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਜਨਵਰੀ 2022 ਤੋਂ ਮਨੋਜ ਅਤੇ ਮਹਿਲਾ ਦੇ ਵਿੱਚ ਚੱਕਰ ਚੱਲ ਪਿਆ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਲੱਗ ਪਏ ਜਿਸ ਤੋਂ ਬਾਅਦ ਹੋਰ ਵੀ ਮੁਸੀਬਤਾਂ ਵੱਧ ਗਈਆਂ ਜਨਵਰੀ 2024 ਦੇ ਵਿੱਚ ਮਨੋਜ ਗੁਪਤਾ ਨੂੰ ਪਤਾ ਲੱਗਿਆ ਕਿ ਮਹਿਲਾ ਦਾ ਪਤੀ ਜਿਉਂਦਾ ਹੈ ਜਿਸ ਤੋਂ ਬਾਅਦ ਮਨੋਜ ਨੇ ਆਪਣੀ ਕਿਰਾਏਦਾਰ ਮਹਿਲਾ ਦੇ ਨਾਲ ਨਾਤਾ ਤੋੜ ਦਿੱਤਾ ਜਿਸ ਤੋਂ ਬਾਅਦ ਮਹਿਲਾ ਅਤੇ ਸੂਰਜ ਸ਼ਰਮਾ ਨੇ ਮਿਲ ਕੇ ਮਕਾਨ ਮਾਲਕ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਮਜਬੂਰ ਹੋ ਕੇ ਮਨੋਜ ਨੇ 2 ਲੱਖ ਰੁਪਏ ਦਾ ਭੁਗਤਾਨ ਕੀਤਾ ਫਿਰ ਕਿਰਾਏਦਾਰ ਮਹਿਲਾ ਨੇ 19 ਜੂਨ 2024 ਨੂੰ ਇੱਕ ਝੂਠੀ ਸ਼ਿਕਾਇਤ ਦਰਜ ਕਰਵਾਈ ਕਿ ਮਨੋਜ ਗੁਪਤਾ ਨੇ ਉਸ 'ਤੇ ਹਮਲਾ ਕੀਤਾ ਦੋਵਾਂ ਦਾ ਸਮਝੌਤਾ ਹੋਇਆ ਅਤੇ ਫਿਰ ਮਨੋਜ ਨੇ 50,000 ਦਾ ਭੁਗਤਾਨ ਕੀਤਾ 1 ਜੁਲਾਈ 2024 ਨੂੰ ਮੁੜ ਮਹਿਲਾ ਨੇ ਇੱਕ ਝੂਠੀ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਘਰ ਦੇ ਵਿੱਚ 5 ਲੱਖ ਰੁਪਏ ਅਤੇ ਸੋਨਾ ਚੋਰੀ ਹੋ ਗਿਆ ਇਸ ਸ਼ਿਕਾਇਤ ਨੇ ਮਨੋਜ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਸਭ ਤੋਂ ਗੰਭੀਰ ਇਹ ਸੀ ਕਿ ਮਹਿਲਾ ਨੇ ਸੂਰਜ ਸ਼ਰਮਾ ਨਾਲ ਮਿਲ ਕੇ ਮਨੋਜ ਨੂੰ ਅਗਵਾ ਕਰਕੇ ਆਪਣੇ ਫਲੈਟ ਵਿੱਚ ਹੀ ਬੰਧਕ ਬਣਾ ਲਿਆ ਪਰਿਵਾਰ ਨੂੰ ਜਦ ਪਤਾ ਲੱਗਾ ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਹੈਬੀਅਸ ਕਾਰਪਸ ਪਟੀਸ਼ਨ ਦਾਖਲ ਕੀਤੀ ਜਿਸ ਤੋਂ ਬਾਅਦ ਕੋਰਟ ਨੇ ਤੁਰੰਤ ਪੁਲਿਸ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਪੁਲਿਸ ਨੇ ਫਲੈਟ ਦੇ ਵਿੱਚ ਛਾਪਾ ਮਾਰਿਆ ਮਨੋਜ ਨੂੰ ਛੁਡਵਾ ਲਿਆ ਇਸ ਸਨਸਨੀਖੇਜ਼ ਖੁਲਾਸੇ ਦੇ ਵਿੱਚ ਹਾਈ ਕੋਰਟ ਨੇ ਮਹਿਲਾ ਅਤੇ ਸੂਰਜ ਸ਼ਰਮਾ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅਤੇ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਅੱਗੇ ਦੀ ਕੀ ਕਾਰਵਾਈ ਕਰਦੀ ਹੈ ਕਿ ਮਕਾਨ ਮਾਲਕ ਮਨੋਜ ਗੁਪਤਾ ਨੂੰ ਇਨਸਾਫ ਮਿਲ ਪਾਏਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ